ਸਾਡੇ ਕੋਲ ਕੋਈ ਅੱਛਾ ਬੱਕਰਾ ਖੜਾ ਹੈ, ਬੱਕਰੀ ਖੜੀ ਹੈ, ਔਰ ਕਿਉਂ ਨਾ ਹੋਵੇ ਯਾਰ, ਸਾਡੇ ਕੋਲ ਇੱਕ ਹੀ ਤਾਂ ਸ਼ਹਿਰ ਰਹਿ ਗਈ ਹੈ। ਇੰਡੀਆ ਵਾਲਿਆਂ ਦੇ ਕੋਲ ਇੱਕ ਮੁਰਰਾ ਨਵੀਂ ਨਸਲ ਦਾ ਇੱਕ ਬੁੱਲ ਹੈ ਔਰ ਪੂਰੀ ਦੁਨੀਆ ਦੇ ਵਿੱਚ ਉਹਦਾ ਸੀਮਨ ਵੇਚਦੇ ਨੇ, ਠੀਕ ਹੈ। ਅਸੀਂ ਲੋਕ ਸਾਡੇ ਕੋਲ ਇੱਕ ਚੀਜ਼ ਲੈ ਦੇ ਕੇ ਬੱਕਰੇ ਨੇ ਜਿਸ 'ਤੇ ਅਸੀਂ ਫਖਰ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਕੋਲ ਇਹ ਬੱਕਰੇ ਐਸੀ ਚੀਜ਼ ਹੈ ਜਿਹੜੀ ਦੁਨੀਆ ਦੇ ਟੌਪ ਦੇ ਨੇ। ਅਸੀਂ ਇਹਨਾਂ ਨੂੰ ਫੜ ਫੜ ਕੇ ਖੱਸੀ ਕਰਕੇ ਅਤੇ ਅਸੀਂ ਇਹਨਾਂ ਨੂੰ ਜਿਹੜਾ ਨਾ ਜੀ ਜ਼ਾਇਆ ਕਰੀ ਜਾ ਰਹੇ ਹਾਂ। ਪਹਿਲੇ ਪਹਿਲੇ ਸਿਲਸਿਲਾ ਚੱਲਿਆ ਸੀ ਜੀ ਕਿ ਅੱਛੇ ਵੱਡੇ ਬੱਕਰੇ ਲੈ ਕੇ ਉਹਨਾਂ ਨੂੰ ਖੱਸੀ ਕਰਕੇ ਉਹਨਾਂ ਦਾ ਵੇਟ ਕਰਾਓ। ਫਿਰ ਇਸ ਤੋਂ ਅਗਲਾ ਸਿਲਸਿਲਾ ਚੱਲਿਆ ਜਿੱਥੇ ਅੱਛਾ ਵੱਡਾ ਬੱਕਰਾ ਲੱਭਦਾ ਉਹਨੂੰ ਚੁੱਕ ਲਓ। ਹੁਣ ਉਸ ਤੋਂ ਅਗਲਾ ਸਿਲਸਿਲਾ ਚੱਲ ਪਿਆ, ਉਹ ਕਹਿੰਦੇ ਨੇ ਉਸ ਬੱਚੇ ਨੂੰ ਹੀ ਚੁੱਕ ਲਓ ਜਿਹਦੇ 'ਤੇ ਸ਼ੱਕ ਹੈ ਕਿ ਇਹ ਵੱਡਾ ਬਣੇਗਾ। ਤੁਸੀਂ ਬਰੀਡ ਹੀ ਖਤਮ ਕਰ ਦੇਣੀ, ਤੁਸੀਂ ਆਪਣੇ ਸ਼ੌਕ ਦੀ ਖਾਤਰ ਇਸ ਚੀਜ਼ ਨੂੰ ਮੁਕਾ ਹੀ ਦੇਣਾ। ਅੱਲਾ ਦੇ ਬੰਦੇ ਹੋ, ਤੁਹਾਡੇ ਕੋਲ ਅੱਛੇ ਜਾਨਵਰ ਹੋਣ, ਤੁਸੀਂ ਦੁਨੀਆ ਨੂੰ ਸਪਲਾਈ ਕਰੋ। ਮੈਂ ਤੁਹਾਨੂੰ ਵੀਡੀਓ ਦਿਖਾਵਾਂ, ਮੇਰੇ ਕੋਲ ਚਾਈਨੀਜ਼ ਪੇਸ਼ੈਂਟ ਆਇਆ। ਪੇਸ਼ੈਂਟ ਮਤਲਬ ਉਹ ਚਾਈਨੀਜ਼ ਆਦਮੀ, ਉਹਦੀ ਬੇਗਮ ਜਿਹੜੀ ਹੈ ਉਹ ਪਾਕਿਸਤਾਨੀ ਸੀ, ਉਹ ਕਿਸੇ ਵਜ੍ਹਾ ਤੋਂ ਮੇਰੇ ਕੋਲ ਆਈ ਇਲਾਜ ਕਰਾਉਣ ਲਈ। ਉਹਦਾ ਬੰਦਾ ਵੀ ਆਇਆ, ਉਹ ਚਾਈਨੀਜ਼, ਪਿਓਰ ਚਾਈਨੀਜ਼, ਉਹ ਉਰਦੂ ਇੰਗਲਿਸ਼ ਵੀ ਸਹੀ ਤਰ੍ਹਾਂ ਨਹੀਂ ਸਮਝਦਾ। ਦੋ ਚਾਰ ਵਾਰੀ ਉਹਨਾਂ ਦੇ ਵਿਜ਼ਿਟ ਹੋਏ, ਮੈਂ ਉਹਨੂੰ ਕਿਹਾ ਤੂੰ ਪਾਕਿਸਤਾਨ 'ਚ ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਬੱਕਰਿਆਂ ਦੀ ਸਪਲਾਈ ਕਰਦਾ ਚਾਈਨਾ 'ਚ। ਮਿਸਟਰ ਲੂ ਉਹਦਾ ਨਾਮ ਹੈ, ਮੈਂ ਤੁਹਾਡੇ ਵੱਲ ਵੀ ਕਿਸੇ ਵੇਲੇ ਉਹਨੂੰ ਰੈਫਰ ਕਰਾਂਗਾ। ਉਹਨੇ ਗਾਧੀਆਂ ਕੋਲੋਂ ਇੱਧਰੋਂ ਉੱਧਰੋਂ ਕੋਈ 200-300 ਬੱਕਰਾ ਇਕੱਠਾ ਕਰਕੇ ਅਤੇ ਉੱਥੇ ਰੱਖਿਆ ਸੀ ਸਾਡੇ ਨਜ਼ਦੀਕ ਹੀ, ਅਤੇ ਉਹ ਕਹਿਣ ਲੱਗਾ ਕਿ ਅਸੀਂ, ਮੇਰੇ ਕੋਲ ਵੀ ਆਇਆ ਨਾ ਅਤੇ ਉਹ ਲਾਈਵ ਵੀਡੀਓ ਬਣਾ ਕੇ ਅਤੇ ਉਹ ਪਿੱਛੇ ਕਿਸੇ ਨੂੰ ਦਿਖਾ ਰਿਹਾ ਸੀ ਕਿ ਇਹ ਫਲਾਣੇ ਫਲਾਣੇ ਲੈ ਲਈਏ। ਅਤੇ ਮੈਂ ਕਿਹਾ ਤੁਸੀਂ ਇਹ ਕੀ ਕਰਦੇ ਹੋ ਬੱਕਰਿਆਂ ਦਾ? ਕਹਿਣ ਲੱਗੇ ਇਹ ਬਰੀਡ ਜਿਹੜੀ ਹੈ ਪਾਕਿਸਤਾਨ, ਅਸੀਂ ਚਾਈਨਾ ਦੇ ਵਿੱਚ ਇਹ ਬਰੀਡ ਬਣਾ ਰਹੇ ਹਾਂ ਕਿਉਂਕਿ ਇਹ ਬੈਸਟ ਹੋ। ਸਾਡੇ ਕੋਲ ਇੱਕ ਹੀ ਸ਼ਹਿਰ ਹੈ ਗਈ, ਅਸੀਂ ਉਹਨੂੰ ਹੀ ਜਨਾਬ ਵਜ਼ਨ ਕਰਨ ਲਈ ਅਸੀਂ ਖੱਸੀ ਕਰ ਕਰਕੇ ਤਬਾਹ ਕੀਤੀ ਜਾ ਰਹੇ। ਕਿਹੜੀ ਬਰੀਡ ਸੀ? ਇਹ ਬਿਲਕੁਲ ਸਹੀ ਪੁਆਇੰਟ ਇਹਨਾਂ ਨੂੰ ਚੁੱਕਿਆ ਜਿਹੜੀ ਗੱਲ ਤੁਸੀਂ ਕਰ ਰਹੇ ਹੋ। ਇਹਦੇ 'ਚ ਅੰਮ੍ਰਿਤਸਰੀ ਨਾਗਰੀ ਸਣੀ ਉਹ ਵੀ ਬਰੀਡ ਹੈ ਸੀ, ਉਹ ਪਸੰਦ ਹੀ ਬੀਤਲ ਨੂੰ ਕਰਦੇ ਸੀ। ਅੱਛਾ, ਸ਼ੇਰੇ ਨੂੰ ਪਸੰਦ ਕਰਦੇ ਸਨ, ਬੀਤਲ ਨੂੰ। ਬੱਖੀ ਚੀਨੀ ਵੱਲ ਨਹੀਂ ਸੀ ਜਾ ਰਹੇ, ਰਾਜਨਪੁਰੀ ਵੱਲ ਨਹੀਂ ਸੀ ਜਾ ਰਹੇ, ਬੀਤਲ, ਕਾਲਾ ਡੱਬਾ, ਲਾਲ ਡੱਬਾ। ਡਾਕਟਰ ਸਾਹਿਬ, ਇਹ ਵੀ ਤਾਂ ਬੀਤਲ ਦੀਆਂ ਸਟ੍ਰੇਨ ਨੇ ਨਾ, ਰਾਜਨਪੁਰੀ, ਮੱਖੀ ਚੀਨਾ, ਬਾਕੀ ਤਾਂ ਬੀਤਲ ਸਾਰੇ ਸਟ੍ਰੇਨਸ ਨੇ ਜੀ, ਲੇਕਿਨ ਇਹ ਮਿਕਸ ਕਰ ਕਰਕੇ, ਕ੍ਰੋਸ ਕਰ ਕਰਕੇ ਉਹਨਾਂ ਨੇ ਉਹਨਾਂ ਦੀ ਸ਼ੇਪ, ਹੁਣ ਪੂਤਲ ਜਿਹੜੀ ਹੈ ਅੱਛੀ ਹੈ, ਖੂਬਸੂਰਤ ਬੱਕਰੀ ਹੈ, ਉਹਨੂੰ ਪਸੰਦ ਕਰਨ ਵਾਲੀ ਵੀ ਇੱਕ ਕਮਿਊਨਿਟੀ ਹੋਏਗੀ। ਲੇਕਿਨ ਜ਼ਰੂਰੀ ਨਹੀਂ ਕਿ ਸਭ ਨੂੰ ਪਸੰਦ ਹੋਵੇ। ਮੱਖੀ ਚੀਨੀ ਨੂੰ ਪਸੰਦ ਕਰਨ ਲਈ ਇੱਕ ਖਾਸ ਕਮਿਊਨਿਟੀ ਹੈ, ਉਹ ਤੁਸੀਂ ਉਹਨਾਂ ਨੂੰ ਟੱਚ ਕਰੋ ਅਤੇ ਉਹ ਕਹਿਣਗੇ ਕਿ ਸਾਨੂੰ ਕਾਲੇ ਲਾਲ ਪਸੰਦ ਹੀ ਨਹੀਂ ਹੈਗੇ। ਲੇਕਿਨ ਓਵਰਆਲ ਜਿਹੜਾ ਵਰਲਡ ਦੇ ਵਿੱਚ ਜਿਹੜਾ ਪਸੰਦ ਕੀਤਾ ਜਾ ਰਿਹਾ ਜੀ, ਉਹ ਇਹੀ ਲਾਲ ਔਰ ਕਾਲਾ। ਅੱਛਾ, ਮੱਖੀ ਚੀਨੀ ਜਿਹੜੀ ਬੀਤਲ ਦੇ ਵਿੱਚ, ਮੈਂ ਤਾਂ ਸਮਝਦਾ ਕਿ ਜਿੰਨੀਆਂ ਵੀ ਨੇ ਨਾ ਜੀ, ਇਹ ਸਾਰੀਆਂ ਹੀ ਬੀਤਲ 'ਚ ਨੇ, ਇਹ ਕ੍ਰੋਸ ਹੋ ਕੇ ਅਤੇ ਇਹਨਾਂ ਦੀਆਂ ਜਿਹੜੀਆਂ ਨਾ ਨਸਲਾਂ ਹੁਣ ਡਿਫਰੈਂਟ ਹੋ ਗਈਆਂ। ਜਿਹੜੀ ਬੱਕਰੀ ਇਸ ਸਟਾਈਲ ਦੀ, ਇਸ ਕੱਦ ਦੀ, ਇਹਨਾਂ ਸਿੰਘਾਂ ਦੇ ਵਿੱਚ ਹੈ ਜੀ, ਮੇਰੇ ਖਿਆਲ ਦੇ ਵਿੱਚ ਤਾਂ ਇਹ ਬੀਤਲ ਹੀ ਹੈ। ਸ਼ਾਇਦ ਕੋਈ ਇਹਨਾਂ ਦੀ ਕੋਈ ਲਾਈਫ ਹਿਸਟਰੀ ਕੋਈ ਡਿਫਰੈਂਟ ਹੋਵੇ, ਮੈਨੂੰ ਪਤਾ। ਠੀਕ ਹੈ, ਤੁਸੀਂ ਕੀ ਸਮਝਦੇ ਹੋ ਬੀਤਲ ਨਹੀਂ? ਸਰ, ਅਸੀਂ ਵੀ ਮੱਖੀ ਚੀਨੀ ਨੂੰ ਬੀਤਲ ਹੀ ਸਮਝਦੇ ਹਾਂ, ਲੇਕਿਨ ਜਿਹਨਾਂ ਦੇ ਅਸੀਂ ਸ਼ਿਗਿਰ ਤੋਂ ਮੱਖੀ ਚੀਨੀ ਨੂੰ ਬੀਤਲ ਨਹੀਂ ਸਮਝਦੇ, ਉਹਨਾਂ ਦੀਆਂ ਦੋ ਨਿਸ਼ਾਨੀਆਂ ਵਾ ਕਿ ਬੀਤਲ ਦੇ ਵਿੱਚ ਦੋ ਕੰਮ ਜ਼ਰੂਰੀ ਹੋਣੇ ਚਾਹੀਦੇ ਆ। ਜੀ ਜੀ, ਠੀਕ ਹੋ ਗਿਆ। ਇੱਕ ਪੂਛ ਤੋਂ ਸਿਰ ਤੱਕ ਬੇਬਨੇ, ਦੂਸਰਾ ਉਹ ਹਿੰਦੁਸਤਾਨ ਦੇ ਵਿੱਚ ਵੀ ਮੌਜੂਦ ਹੋਵੇ। ਆਹ ਜਿਹੜਾ ਪ੍ਰਿੰਟ ਹੈ ਨਾ, ਇਹ ਦੋਨੇ ਤੁਸੀਂ ਬੰਗਲਾਦੇਸ਼ ਚਲ ਜਾਓ, ਪਾਕਿਸਤਾਨ ਆ ਜਾਓ, ਇੰਡੀਆ ਜੋ ਮਿਲੇਗਾ। ਨਹੀਂ, ਇਹ ਗੱਲ ਨਹੀਂ ਹੈ, ਮੈਂ ਤੁਹਾਡੀ ਦਰਮਿਆਨ 'ਚ ਗੱਲ ਕੱਟ ਰਿਹਾ, ਮੈਂ ਤੁਹਾਡੀ ਦਰਮਿਆਨ 'ਚ ਗੱਲ ਕੱਟ ਰਿਹਾ। ਦੇਖੋ, ਜਿਹੜਾ ਜਾਨਵਰ ਹੈ ਨਾ ਬੱਕਰੀ ਹੈ, ਇਹ ਸੈਂਸਿਟਿਵ ਜਾਨਵਰ ਹੈ। ਤੁਸੀਂ ਜਿੱਥੇ ਵੀ ਜਾਨਵਰ ਦੇਖਦੇ ਹੋ, ਤੁਹਾਡੇ ਉਸ ਇਲਾਕੇ ਦੇ 80 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਵਿੱਚ ਉਹ ਜਾਨਵਰ ਮੌਸਮੀਆਤੀ ਹਿਸਾਬ ਦੇ ਨਾਲ ਉਹਨੂੰ ਉਹਨੂੰ ਜਿਹੜਾ ਨਾ ਉਹ ਅਟੇਨ ਕਰੇਗਾ। 80 ਕਿਲੋਮੀਟਰ ਦੇ ਰੇਡੀਅਸ ਤੋਂ ਬਾਹਰ ਚਲੇ ਜਾਓਗੇ ਨਾ, ਉਹਦੀ ਉਹਦਾ ਐਟਮੋਸਫੇਅਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ। ਹੁਣ ਸਾਡੇ ਇਲਾਕੇ 'ਚ ਰਾਜਨਪੁਰੀ ਨਹੀਂ ਚੱਲਦੀ, ਰਾਜਨਪੁਰੀ ਇਸ ਤੋਂ ਨਹੀਂ ਚੱਲਦੀ ਕਿਉਂਕਿ ਜਿਸ ਵੇਲੇ ਹਬਸ ਦਾ ਮੌਸਮ ਆਉਂਦਾ, ਉਹਨਾਂ ਦੇ ਲੰਗਸ ਦੇ ਉੱਪਰ ਜਿਹੜੀ ਇੱਕ ਮੈਂਬਰੇਨ ਹੈ, ਠੀਕ ਹੈ, ਲੰਗਸ ਦੇ ਉੱਪਰ ਇੱਕ ਮੈਂਬਰੇਨ ਹੁੰਦੀ ਹੈ, ਉੱਥੇ ਇਨਫਲੇਮੇਸ਼ਨ ਹੁੰਦੀ ਹੈ। ਸਾਡੇ ਇੱਥੇ ਹਿਊਮਿਡਿਟੀ ਹੋ ਜਾਂਦੀ ਹੈ ਕੋਈ 60%। ਉਹ ਸਟ੍ਰੇਨ ਜਿਹੜਾ ਹੈ ਜਿਸ ਇਲਾਕੇ 'ਚ ਉਹ ਬਰੀਡ ਰਹਿੰਦੀ ਹੈ, ਉੱਥੇ ਇੰਨੀ ਹਿਊਮਿਡਿਟੀ ਨਹੀਂ ਹੈ, ਖੁਸ਼ਕ ਹੈ ਜ਼ਰਾ ਆਬੋ ਹਵਾ, ਉਹ ਇੱਥੇ ਆ ਕੇ ਨਹੀਂ ਚੱਲ ਸਕਦੇ ਉਸ ਤਰੀਕੇ ਨਾਲ। ਸਰ, ਇਹ ਤੁਹਾਡੀ ਗੱਲ ਬਿਲਕੁਲ ਪੰਜਾਬ ਆ, ਹੁਣ ਕਿਆ ਇਹ ਬੰਗਲਾਦੇਸ਼ ਦੇ ਵਿੱਚ ਮੌਜੂਦ ਹੈ ਪ੍ਰਿੰਟ ਕਿ ਨਹੀਂ? ਇਹ ਵੀ ਚੱਲੇਗਾ ਇੰਡੀਆ ਦੇ ਵਿੱਚ ਮੌਜੂਦ ਹੈ ਕਿ ਨਹੀਂ, ਪਾਕਿਸਤਾਨ 'ਚ ਮੌਜੂਦ ਹੈ ਕਿ ਨਹੀਂ? ਇਹ ਮੱਖੀ ਚੀਨੀ ਕਿਉਂ ਨਹੀਂ ਮੌਜੂਦ? ਹੋ ਸਕਦਾ ਉੱਥੇ ਹੋਵੇ, ਇੰਡੀਆ ਦੇ ਵਿੱਚ ਜਾਏ ਹੀ ਪਤਾ ਲੱਗਦਾ, ਚੈੱਕ ਕਰੋ। ਹਾਂ, ਹੋ ਸਕਦਾ ਦੇਖਣ ਦੇਖਣ ਵਾਸਤੇ ਨੈੱਟ ਕਿਉਂ ਆਇਆ ਵਾ, ਪੂਰੀ ਦੁਨੀਆ ਦਿਖਾ ਰਿਹਾ। ਜੀ ਜੀ, ਠੀਕ ਹੋਗਾ। ਇਹ ਨਹੀਂ, ਅਸੀਂ ਨਹੀਂ ਇਤਰਾਜ਼ ਕਰ ਰਹੇ ਕਿ ਮੱਖੀ ਚੀਨੀ ਬੀਤਲ 'ਚ ਨਹੀਂ ਆ ਰਹੀ,
ਮੈਂ ਤੁਹਾਨੂੰ ਇਹ ਵੈਸੇ ਦੱਸਿਆ ਕਿ ਜਿਨ੍ਹਾਂ ਬਜ਼ੁਰਗਾਂ ਕੋਲ ਅਸੀਂ ਕੰਮ ਸਿੱਖਿਆ ਨਾ ਆਖੀ ਵੀ ਜਾਂਦੇ ਨਾ ਬੰਦੇ ਵੀ ਨਹੀਂ ਜਿਨ੍ਹਾਂ ਕੋਲ ਉਹਨੇ ਗੱਲ ਕਹੀ ਹੈ ਕਿ ਮੱਖੀ ਜਿਹੜੀ ਬੀਤੋ ਤੁਸੀਂ ਕਹਿ ਰਹੇ ਨਾ ਉਹਦੇ ਦੋ ਚਰਖਾਂ ਸਾਨੂੰ ਜ਼ਰੂਰ ਮੱਖੀ ਜਾਂਦੀ ਦਾ ਜ਼ਿਕਰ ਹੁੰਦਾ ਨਾ ਸ਼ਾਹ ਜੀ ਜਸਟ ਉਹਨਾਂ ਨੂੰ ਪਤਾ ਲੱਗਦਾ ਦੋ ਦੀ ਰੰਗ ਪੈ ਗਈ ਹੱਥ ਇਹ ਬਣੇ ਤੁਕੀ ਬਰਾ ਤੇ ਪੋਸਟ ਤੋਂ ਲਾ ਕੇ ਅਗਰ ਹੈਡ ਤੱਕ ਦੇਖੋਗੇ ਨਾ ਉਹਨਾਂ ਦੀ ਟਾਪ ਸ਼ੇਪ ਜਿਹੜੀ ਹੈ ਅੱਛਾ ਉਹ ਮੱਖੀ ਚੀਨੀ ਦੀ ਬੇ ਨਹੀਂ ਬਣਦੀ ਮੱਖੀ ਚੀਨੀ ਦੀ ਬੇ ਬਣਦੀ ਲੇਕਿਨ ਹਿੰਦੁਸਤਾਨ 'ਚ ਮੌਜੂਦ ਨਹੀਂ ਪਾਕਿਸਤਾਨ 'ਚ ਮੌਜੂਦ ਆ ਚਲੋ ਅੱਧੀ ਬੀਤਲ ਹਿੰਦੁਸਤਾਨ ਤੇ ਪਾਕਿਸਤਾਨ ਤੋਂ ਪਾਕ ਓ ਯਾਰ ਦੇਖੋ ਪੰਜਾਬ ਲਾਈਫ ਸਟਾਕ ਮੰਨਦਾ ਹੈ ਹਾਂਜੀ ਸਭ ਦੇਖੋ ਇਹ ਤੇ ਜਿਹੜਾ ਸਾਡਾ ਕੰਟੀਨੈਂਟ ਹੈ ਨਾ ਇਹ ਅੱਜ ਤੋਂ ਤਕਰੀਬਨ 60-70 ਸਾਲ ਪਹਿਲੇ ਹੀ ਸੈਪਰੇਟ ਹੋਇਆ ਨਾ ਜੀ ਬਾਕੀ ਇਸ ਤੋਂ ਇਲਾਵਾ ਕੰਟੀਨੈਂਟ ਤੇ ਇੱਕ ਆ ਦੋ ਪ੍ਰਿੰਟ ਹੈ ਨਾ ਜੀ ਬੀਤਲ ਦੇ ਨਾਗਰਾ ਅੰਮ੍ਰਿਤਸਰੀ ਜੀ ਜੀ ਇਹਦੀ ਬੇਸਿਕ ਦੋਵਾਂ ਦੀ ਇੱਕੋ ਹੀ ਹੈ ਠੀਕ ਹੋ ਗਿਆ ਤੇ ਦੁਨੀਆ ਤੇ ਇਹਦੇ ਨਾਲ ਦਾ ਜਾਨਵਰ ਨਹੀਂ ਆਉਣਾ ਬੱਕਰੀ ਦੇ ਵਿੱਚ ਇਹ ਤੁਸੀਂ ਗੱਲ ਬਿਲਕੁਲ ਸਹੀ ਕਹਿ ਠੀਕ ਹੋ ਗਿਆ ਬਿਲਕੁਲ ਇਸ ਬੱਕਰੀ ਦੇ ਵਿੱਚ ਇਸ ਤੋਂ ਅੱਗੇ ਨਹੀਂ ਜੀ ਔਰ ਨਾ ਹੀ ਆ ਸਕਦਾ ਨਾ ਹੀ ਆ ਸਕਦਾ ਇਹ ਬਿਲਕੁਲ ਸਹੀ ਗੱਲ ਬਹਾਵਲਪੁਰ ਵਾਲੇ ਅਲੀ ਸ਼ਾਹ ਸਾਹਿਬ ਨੂੰ ਕਹਿੰਦੇ ਮੈਂ ਲੈ ਕੇ ਗਿਆ ਆਪਣੇ ਸਾਊਥ ਅਫਰੀਕਾ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ 10 ਮਿੰਟ ਤੁਸੀਂ ਰੈਂਪ 'ਤੇ ਇਹਨਾਂ ਨਾਲ ਵਾਕ ਕਰਾਉਣੀ ਹੈ ਸਾਰੀ ਉਹਨਾਂ ਕੋਲ ਮੱਖੀ ਚੀਨੀ ਸਟ੍ਰੇਨ ਹੀ ਹੈ ਉਹ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਨਾਲ ਤਾਂ ਯੂ ਹੈਵ ਹਾਫ ਐਨ ਆਵਰ ਤੁਹਾਡੇ ਕੋਲ ਅੱਧਾ ਘੰਟਾ ਕਹਿੰਦੇ ਉਹਨਾਂ ਵਾਸਤੇ ਇੱਕ ਅਮੇਜ਼ਿੰਗ ਸਰਪ੍ਰਾਈਜ਼ ਸੀ ਕਿ ਇੰਨਾ ਹਾਈਟ ਦਾ ਇੰਨੇ ਕੇ ਜੀ ਉਹਨਾਂ ਦਾ ਮੈਂ ਕਿਹਾ ਹਿਊਮਨ 1 ਕਿ ਹਿਊਮਨ 2 ਕੀ ਨਾਮ ਉਹਨਾਂ ਦਾ ਉਹ ਜਿਹੜਾ ਬਕਸ ਬੜਾ ਹੈਵੀ ਹੈ ਜੀ ਜੀ ਅਤੇ ਕਹਿੰਦੇ ਉਹ ਟਰਾਫੀ ਵਿਨ ਕਰਕੇ ਆਇਆ ਸੀ ਅਤੇ ਉਹ ਹੈਰਾਨ ਹੋ ਗਏ ਸਨ ਜਿਹੜੇ ਜੱਜ ਸਨ ਸਾਰੇ ਹਫ ਸਾਹਿਬ ਤੁਹਾਡੀ ਗੱਲ ਟੋਕ ਰਿਹਾ ਮਾਜ਼ਰਤ ਨਾਲ ਤੁਸੀਂ ਸੀਨੀਅਰ ਹੋ ਬੜੇ ਹੋ ਉਹਦਾ ਕੋਈ ਵੀਡੀਓ ਸਬੂਤ ਹੈ ਉਹਨਾਂ ਦਾ ਕਿਉਂਕਿ ਉਹ ਵੀ ਜ਼ਾਹਰੀ ਗੱਲ ਹੈ ਇੱਕ ਯੂਟਿਊਬਰ ਨੇ ਨਾ ਇੱਕ ਆਲਰੇਡੀ ਸੋਸ਼ਲ ਮੀਡੀਆ ਦੇ ਨੇ ਟਾਕ ਤੇ ਦੇਖੋ ਮੈਂ ਤੁਹਾਨੂੰ ਦੱਸਣਾ ਅਮੈਰੀਕਨ ਇੱਕ ਚੈਨਲ ਹੈ ਉਹਨਾਂ ਨੇ ਉਹਨਾਂ ਨੂੰ ਲਾਈਵ ਲਿਆ ਹੁਣ ਇੱਥੇ ਹੁਣ ਇਹ ਬੱਕਰੀ ਹੈ ਨਾ ਦੇਖੋ ਇੱਕ ਬੱਕਰੀ ਨੇ ਬੱਚਾ ਪੈਦਾ ਕੀਤਾ ਉਹ ਤਾਂ ਪੂਰਾ ਰਿਕਾਰਡ ਆ ਗਿਆ ਮੇਰੇ ਚੈਨਲ 'ਤੇ ਆ ਗਿਆ ਸ਼ਾਹ ਜੀ ਸਟੇਟਸ ਲਾ 'ਤੇ ਇਹ ਯਾਰ ਸਾਡੇ ਕੋਲ ਇੰਨੇ ਕੇ ਜੀ ਦਾ ਬੱਚਾ ਆ ਗਿਆ ਆਈ ਵਿਟਨੈਸ ਹਿਸਟਰੀ ਉਹ ਹੁਣ ਇਤਨੀ ਬਾਹਰ ਗਏ ਉੱਥੇ ਜਾ ਕੇ ਉਹਨਾਂ ਨੂੰ ਇੰਨਾ ਘੰਟੇ ਐਪਰੀਸ਼ੀਏਟ ਕੀਤਾ ਗਿਆ ਉਹ ਤੋਂ ਬਾਅਦ ਉਹਦਾ ਇੱਕ ਉਹਨਾਂ ਨੂੰ ਟਰੋਫੀ ਮਿਲੀ ਉਹ ਤਾਂ ਕੋਈ ਆਨਲਾਈਨ ਕੁਛ ਰਿਕਾਰਡ ਨਹੀਂ ਹੈ ਕੁਛ ਵੀ ਨਹੀਂ ਹੈ ਮੱਖੀ ਚੀਨੀ ਸਟ੍ਰੇਨ ਦੇ ਉੱਪਰ ਉਹਨਾਂ ਦੇ ਜਿਹੜੇ ਨਾ ਕਮੈਂਟ ਸਨ ਉਹ ਮੈਂ ਸੁਣੇ ਮੈਂ ਤਾਂ ਕਹਿ ਰਹੇ ਹੋ ਜੀ ਮੁਖਤਲਿਫ ਰਵਾਇਤਾਂ ਬਣੀਆਂ ਨੇ ਠੀਕ ਹੈ ਅੱਛਾ ਹੈ ਉਹਨਾਂ ਕੋਲ ਮਗਰ ਲੈ ਵੇ ਕੇ ਹਕਾਇਕ ਨੂੰ ਵੀ ਮਦਦ ਰੱਖਣਾ ਚਾਹੀਦਾ ਜਿਹੜੀਆਂ ਜਿਹੜੀਆਂ ਨਸਲਾਂ ਨੇ ਤੇ ਆਪਣੀ ਇਹ ਵਾਲੀ ਨਸਲ ਜੀ ਟਾਪ ਦੀ ਹੈ ਡਾਕਟਰ ਸਾਹਿਬ ਮੈਂ ਪਰਸਨਲੀ ਜਾਣਾ ਨਾ ਕਿਉਂਕਿ ਹੋਮ ਬਰੀਡ ਹੈ ਅਤੇ ਹਸਨ ਭਾਈ ਨੇ ਮੈਨੂੰ ਆਖਿਆ ਸੀ ਕਿ ਤੂੰ ਇਸ ਬਰੀਡ 'ਤੇ ਕੰਮ ਕਰਨਾ ਚੈਲੇਂਜ ਦਿੱਤਾ ਸੀ ਇਹਨਾਂ ਨੇ ਕਿਉਂਕਿ ਬਰੀਡ ਹੋਤਾਲ ਲੇਕਿਨ ਇਹ ਜੇ ਕਿ ਉਹ ਹੋਤਲ ਹੈ ਸਰ ਇਹਨੂੰ ਨਾ ਦੇਖੋ ਇਹਨੂੰ ਹੋਤਲ ਆਉਂਦੇ ਨੇ ਹੋਟਲ ਆਉਂਦੇ ਨੇ ਹੋਟਲ ਆਉਂਦੇ ਨੇ ਹੋਤਾਲ ਆਉਂਦੇ ਨੇ ਜਿਹੜੇ ਸਾਡੇ ਵੀ ਮੂੰਹ 'ਤੇ ਜੋ ਹੁੰਦਾ ਨਾ ਜਿਹੜਾ ਅਸੀਂ ਬੋਲਦੇ ਨੇ ਲੇਕਿਨ ਐਗਜੈਕਟਲੀ ਜਿਹੜਾ ਪੰਜਾਬ ਲਾਈਫ ਸਟਾਕ ਹੈ ਉਹਨੂੰ ਰਹੀਮ ਯਰਖਾ ਬੀਤਲ ਆਖਦਾ ਅਤੇ ਉਹਦੇ ਵਿੱਚ ਇਹ ਚੀਜ਼ ਹੈ ਕਿ ਮੈਂ ਪਰਸਨਲੀ ਅਗਰ ਮੈਨੂੰ ਕੋਈ ਪੁੱਛਦਾ ਨਾ ਮੇਰੇ ਕੋਲ ਮਸ਼ਵਰਾ ਦਿੰਦਾ ਜੀ ਫਾਰਮਿੰਗ ਕਰਨੀ ਹੈ ਫਾਇਦੇਮੰਦ ਬਰੀਡ ਕਿਹੜੀ ਹੈ ਮੈਂ ਉਹਨੂੰ ਆਉਂਦਾ ਅੰਮ੍ਰਿਤਸਰੀ ਠੀਕ ਹੈ ਉਹਦਾ ਇੱਕ ਕਮਿਊਨਿਟੀ ਜ਼ਰੂਰ ਹੈ ਤੁਸੀਂ ਬਿਲਕੁਲ ਸਹੀ ਪੁਆਇੰਟ ਚੁੱਕਿਆ ਕਿ ਉਹ ਇੱਕ ਮਖਸੂਸ ਕਮਿਊਨਿਟੀ ਹੈ ਜਿਹਨੂੰ ਮਤਲਬ ਨਾ ਉਹਨਾਂ ਨੂੰ ਇੰਨਾ ਇਸ ਚੀਜ਼ ਨਾਲ ਨਹੀਂ ਹੈ ਕਿ ਜਾਨਵਰ ਬੜਾ ਜ਼ਿਆਦਾ ਦੁੱਧ ਦੇ ਜਾਂ ਫਿਰ ਬੜਾ ਜ਼ਿਆਦਾ ਅੱਛਾ ਆਰਡਰ ਕਰੇ ਇਹ ਹਰ ਕਿਸੇ ਦਾ ਕੋਈ ਆਰਡਰ ਪਿੱਛੋਂ ਬੱਕਰੀ ਪਸੰਦ ਕਰਦਾ ਕਿਸੇ ਨੂੰ ਫੇਸ ਅੱਛਾ ਲੱਗਦਾ ਕਿਸੇ ਨੂੰ ਉਹਦੀ ਲੰਬਾਈ ਹੁਣ ਇਹ ਪਸੰਦ ਕਰਦੇ ਨੇ ਸਕਿਨ ਥੋੜ੍ਹੀ ਮੋਟੀ ਹੋਏ ਜਾਨਵਰ ਦੀ ਕੌਣ ਪਸੰਦ ਕਰਦੇ ਮਕਸਦ ਹੈ ਇਸ ਬਰੀਡ ਵਿੱਚ ਕਿ ਸਕਿਨ ਥੋੜ੍ਹੀ ਜਿਹੀ ਮੋਟੀ ਪਸੰਦ ਸਰ ਫਰਾਂਸ ਭਾਈ ਮੋਟੀ ਪਸੰਦ ਕਰਦੇ ਮੈਂ ਉਹਨਾਂ ਦਾ ਦੱਸ ਰਿਹਾ ਮੈਨੂੰ ਤੇ ਜਿੰਨਾ ਵੀ ਪਤਾ ਹੈ ਮੇਰੀ ਪਸੰਦ ਨਾ ਪਸੰਦ ਇਹਦੇ 'ਚ ਨਹੀਂ ਹੈ ਜੀ ਮੈਂ ਓਵਰਆਲ ਜਿਹੜਾ ਹੈ ਜੀ ਬੱਕਰੀ ਦੀ ਸਕਿਨ ਹਮੇਸ਼ਾ ਪਤਲੀ ਪਸੰਦ ਕੀਤੀ ਜਾਂਦੀ ਸ਼ਾਇਦ ਪੱਛਮ ਪੈ ਆਉਂਦੇ ਹਾਂ ਇਹ ਜੀ ਤੁਸੀਂ ਕਿਸੇ ਹੱਦ ਤੱਕ ਗਲਤ ਹੋ ਅੱਛਾ ਕਿ ਮੋਟੀ ਜਿਲਦ ਦਾ ਹੋਣਾ ਜ਼ਰੂਰੀ ਆ ਜਿਲਦ ਇੰਨੀ ਕਿ ਮੋਟੀ ਬੱਕਰੀ ਦੀ ਹੋਣੀ ਚਾਹੀਦੀ ਆ ਕਿ ਅਗਰ ਡਾਕਟਰ ਨੂੰ ਟਾਂਕੇ ਵੀ ਲਗਾਉਣੇ ਪੈ ਜਾਣ ਤਾਂ ਪਰੇਸ਼ਾਨ ਹੋ ਜਾਓ ਕਿ ਯਾਰ ਮੱਝ ਦੀ ਜਲਦੀ ਵੀ ਨਹੀਂ ਮੈਂ ਦੇਖੀ ਅੱਛਾ ਠੀਕ ਹੋ ਗਿਆ ਉਸ ਦੀ ਵਜ੍ਹਾ ਕੀ ਹੈ ਕਿ ਉਹ ਉਹਨੇ ਜਿਹੜਾ ਨਾ ਮੌਸਮੀ ਹਾਲਾਤ ਨੂੰ ਵੀ ਕਵਰ ਕਰੇਗੀ ਠੀਕ ਹੋ ਗਿਆ ਪਹਿਲੇ ਤਾਂ ਇਹ ਹੈ ਕਿ ਤੁਸੀਂ ਆਪਣੀ ਵੰਡ ਕੱਢ ਲਓ ਤਕਸੀਮ ਕਰੋ ਕਿ ਦੁੱਧ ਜਿਹੜਾ ਵਾ ਉਹ ਜੈਂਟਿਕਸ ਦੇ ਵਿੱਚ ਆ ਕਿ ਜਿਲ ਦੇ ਵਿੱਚ ਆ ਜਿਹੜਾ ਬਰੀਡ ਦਾ ਹਾਈਟ ਕੱਢ ਆ ਉਹ ਜੈਂਟਿਕਸ ਦੇ ਵਿੱਚ ਆ ਕਿ ਜਿਲ ਦੇ ਵਿੱਚ ਆ ਅੱਛਾ ਫਿਰ ਅਗਰ ਜਿਲ ਦੇ ਵਿੱਚ ਤੁਹਾਨੂੰ ਜਿਹੜੀਆਂ ਪਾਕਿਸਤਾਨ 'ਚ ਬਿਮਾਰੀਆਂ ਟੱਚ ਕਰਨੇ ਆ ਰਹੀਆਂ ਵਾ ਉਹ ਕਿਹੜੀਆਂ ਵਾ ਜਿਹੜੀਆਂ ਵਾਇਰਲ ਹੋਣੇ ਆ ਰਹੀਆਂ ਡਿਜ਼ੀਜ਼ ਆ ਉਹ ਤੁਹਾਨੂੰ ਜ਼ਿਆਦਾ ਪਰੇਸ਼ਾਨ ਕਰਦੀਆਂ ਬੱਕਰੀ ਦੇ ਵਿੱਚ ਉੱਥੇ ਫਿਰ ਤੁਸੀਂ ਮੋਟੀ ਜਿਲ ਦਾ ਕੰਮ ਕਰਨਾ ਵਾ ਅਤੇ ਜਿਹੜੇ ਤੁਸੀਂ ਦੁੱਧ ਦੇ ਉੱਤੇ ਆ ਗਏ ਜਾਂ ਹਾਈਟ ਦੇ ਉੱਤੇ ਆ ਗਏ ਨਾ ਹਾਂਜੀ ਜਿਹੜੇ ਮੇਰੀ ਗੱਲ ਸੁਣੋ ਨਾ ਹਾਂ ਜਿਹੜੇ ਦੁੱਧ ਔਰ ਹਾਈਟ 'ਤੇ ਆ ਗਏ ਨਾ ਤੁਸੀਂ ਫਿਰ ਤੁਸੀਂ ਜੈਂਟਿਕਸ ਦੀ ਗੱਲ ਕਰ ਰਹੇ ਹਾਂ ਉੱਥੇ ਤਾਂ ਜਿਲ ਦਾ ਕੋਈ ਕੰਸੈਪਟ ਹੀ ਨਹੀਂ ਆ ਰਿਹਾ ਅਸਲ 'ਚ ਨਾ ਮੈਨੂੰ ਮਹਿਸੂਸ ਹੋ ਗਿਆ ਨਾ ਉਹ ਤੁਹਾਡੀ ਪ੍ਰੋਟੈਕਸ਼ਨ 'ਚ ਲੱਗ ਗਿਆ ਹਾਂਜੀ ਹੁਣ ਦੂਸਰੀ ਤੁਹਾਨੂੰ ਵੰਡ ਕੱਢ ਦਿੰਦਾ ਵਾ ਤੁਹਾਡੇ ਆਪਣੇ ਹੱਥ ਦੇ ਵਿੱਚ ਫੈਸਲਾ ਇੱਕ ਬੱਕਰੀ ਤੁਸੀਂ ਮੋਟੀ ਜਲਦੀ ਰੱਖ ਕੇ ਦੇਖ ਲਓ ਦੇਖੋ ਜਿਹਦੇ ਵਿੱਚ ਜੈਂਟਿਕਸ ਜਿਹੜੇ ਅੱਛੇ ਪਾਏ ਜਾਓ ਬੀਤਲ ਅਸਲ ਬੀਤਲ ਹੋਵੇ ਜਲਦ ਉਹਦੀ ਮੋਟੀ ਹੋਵੇ ਠੀਕ ਹੋ ਗਿਆ ਅਤੇ ਫਿਰ ਉਹਦੇ ਉੱਤੇ ਮੈਨੂੰ ਤਜਰਬਾ ਦੱਸਿਓ ਕਿ ਤੁਹਾਡੀਆਂ ਪ੍ਰੋਟੈਕਸ਼ਨ ਤੁਹਾਨੂੰ ਜ਼ਿਆਦਾ ਕਿਹੜੀ ਦੇ ਰਹੀ ਹੈ ਮੈਡੀਸਨ ਤੁਹਾਨੂੰ ਜ਼ਿਆਦਾ ਕਿਹੜੀ ਖਾ ਰਹੀ ਆ ਅੱਛਾ ਹਾਂ ਤੁਸੀਂ ਮੈਨੂੰ ਦੱਸਿਆ ਕਿ ਮੇਰੇ ਕੋਲ 42
ਜਿਹੜੀ ਬਤਾਲੀ ਵਾਲੀ ਹੈ ਜੀ ਉਹਦੀ ਸਕਿਨ ਬੜੀ ਹੈ ਹਾਂਜੀ ਜਿਹੜੀ ਛੋਟੀ ਹੈ ਉਹਦੀ ਗਰਮ ਹੋਈ ਹੈ ਉਹਦੀ ਮੋਟੀ ਹੈ ਉਹਦੀ ਮੋਟੀ ਸਕਿਨ ਹੋਣ ਦੀ ਵਜ੍ਹਾ ਨਾਲ 47 ਇੰਚ ਤੱਕ ਬੱਚਾ ਲੈ ਗਿਆ ਜੇ ਉਹਦੀ ਸਕਿਨ ਪਤਲੀ ਹੁੰਦੀ ਉਹਨੇ ਕਦੀ ਵੀ ਨਹੀਂ ਖਾਣਾ ਸੀ ਚਲੋ ਦੇਖੋ ਜਿਹੜੇ ਮੇਲ ਔਰ ਫੀਮੇਲ ਦੇ ਹਾਰਮੋਨਸ ਨੇ ਜੀ ਇਹ ਡਿਫਰੈਂਟ ਇਹ ਜ਼ਰਾ ਗੌਰ ਨਾਲ ਸੁਣਨ ਵਾਲੀ ਗੱਲ ਜੀ ਜੀ ਇਹ ਤੁਹਾਨੂੰ ਹਿਊਮਨ ਦੇ ਵਿੱਚ ਵੀ ਕੰਮ ਆਏਗੀ ਜੀ ਜੀ ਬੱਚਾ ਜਿਸ ਵਕਤ ਹੁੰਦਾ ਹੈ ਨਾ 12-13 ਸਾਲ ਦਾ ਬੱਚੀ ਔਰ ਬੱਚੇ 'ਚ ਕੋਈ ਫਰਕ ਨਹੀਂ ਹੁੰਦਾ ਫਿਰ ਇੱਕਦਮ ਉਹਨਾਂ ਦੇ ਵਿੱਚ ਸੈਕੰਡਰੀ ਸੈਕਸ਼ੂਅਲ ਕਰੈਕਟਰਸ ਆਉਂਦੇ ਨੇ ਮੇਲ ਜਿਹੜਾ ਉਹਦੇ ਟੈਸਟਿਸ ਕੰਮ ਕਰਨਾ ਸ਼ੁਰੂ ਹੁੰਦੇ ਨੇ ਫੀਮੇਲ ਦੇ ਵਿੱਚ ਓਵਰੀਜ਼ ਕੰਮ ਕਰਨਾ ਸ਼ੁਰੂ ਹੁੰਦੀਆਂ ਨੇ ਇਹ ਜਾਨਵਰਾਂ 'ਚ ਹੀ ਹੈ ਇਹ ਇਨਸਾਨਾਂ 'ਚ ਵੀ ਹੈ ਮੇਲ ਦੀ ਜੈਨੇਟਿਕਸ ਦੇ ਵਿੱਚ ਜਿਸ ਵੇਲੇ ਟੈਸਟਿਸ ਕੰਮ ਕਰਨਾ ਸ਼ੁਰੂ ਹੁੰਦੇ ਨੇ ਟੈਸਟੋਸਟੀਰੋਨ ਪੈਦਾ ਹੁੰਦਾ ਅਤੇ ਸਾਡੀ ਸਕਿਨ ਥਿੱਕ ਹੁੰਦੀ ਹੈ ਸਾਡੇ ਬਾਲ ਟਫ ਹੁੰਦੇ ਨੇ ਸਾਡੀ ਸ਼ੇਵ ਆਉਂਦੀ ਅਸੀਂ ਮਸਕੂਲਰ ਹੁੰਦੇ ਇੱਕ ਇੱਕ ਸਾਡਾ ਬਾਡੀ ਸਟਰਕਚਰ ਮੈਨ ਵਾਲਾ ਬਣਨਾ ਸ਼ੁਰੂ ਹੋ ਜਾਊਗਾ ਅੱਛਾ ਫੀਮੇਲਸ ਜਿਹੜੀਆਂ ਉਹ ਬਲਕਿ ਜਲਦੀ ਜਵਾਨ ਹੁੰਦੀਆਂ ਨੇ ਬੱਚੀਆਂ ਜਿਹੜੀਆਂ ਨੇ ਜਿਵੇਂ ਹੀ ਉਹਨਾਂ ਦੀਆਂ ਓਵਰੀਜ਼ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਈਸਟ੍ਰੋਜਨ ਬਣਨੀ ਸ਼ੁਰੂ ਹੁੰਦੀ ਹੈ ਉਹਨਾਂ ਦੀ ਹਾਈਟ ਉਹਨਾਂ ਦੇ ਬਾਲ ਉਹਨਾਂ ਦੀ ਸਕਿਨ ਉਹਨਾਂ ਦੇ ਬਾਕੀ ਜਿਹੜੇ ਕਰੈਕਟਰਿਸਟਿਕਸ ਨੇ ਉਹ ਬਣਦੇ ਨੇ ਜੀ ਫੀਮੇਲ ਦੇ ਵਿੱਚ ਫੀਮੇਲ ਜਿਹੜੀ ਹੈ ਉਹਦੀ ਥਿਨ ਸਕਿਨ ਜਿਹੜੀ ਹੈ ਮੈਂ ਇਨਸਾਨ ਦੀ ਗੱਲ ਕਰ ਰਿਹਾ ਥਿਨ ਸਕਿਨ ਜਿਹਦੇ ਉੱਪਰ ਬਾਲ ਨਾ ਹੋਣ ਜਿਹਦੇ ਸਿਰ ਦੇ ਬਾਲ ਲੰਬੇ ਹੋਣ ਇਸ ਜਿੰਨੀ ਸਪੀਡ ਨਾਲ ਗਰੋ ਕਰ ਰਹੇ ਹੁੰਦੇ ਨੇ ਅਸੀਂ ਦੇਖ ਰਹੇ ਹੁੰਦੇ ਹਾਂ ਕਿ ਇਸ ਬੱਚੀ ਦੀ ਓਵਰੀਜ਼ ਅੱਛਾ ਕੰਮ ਕਰ ਰਹੀ ਹੈ ਅਗਰ ਕਿਸੇ ਔਰਤ ਦੇ ਵਿੱਚ ਇਹੀ ਹਾਰਮੋਨਸ ਇਮਬੈਲੈਂਸ ਹੋ ਜਾਣ ਜਿਵੇਂ ਪੋਲੀਸਿਸਟਿਕ ਓਵਰੀਜ਼ ਬਣ ਜਾਂਦੀਆਂ ਨੇ ਬਾਜ਼ ਔਰਤਾਂ ਦੇ ਅੱਜ ਕੱਲ੍ਹ ਟੀਕੇ ਵਾਲੇ ਦੁੱਧ ਪੀ ਕੇ ਬੱਚੀਆਂ ਦੇ ਬੱਚੀਆਂ ਮਾਂ ਨਹੀਂ ਬਣ ਸਕਦੀਆਂ ਉਹ ਜਿਵੇਂ ਹੀ 18 ਸਾਲ ਦੀਆਂ 16 ਸਾਲ ਦੀਆਂ ਹੁੰਦੀਆਂ ਮੋਟੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਇੱਥੇ ਬਾਲ ਉੱਗਣ ਲੱਗ ਜਾਂਦੇ ਨੇ ਉਹਨਾਂ ਦੇ ਮੈਂਸਟਰਲ ਸਾਈਕਲ ਡਿਸਟਰਬ ਹੋ ਜਾਂਦਾ ਉਹਨਾਂ 'ਚ ਈਸਟ੍ਰੋਜਨ ਦੀ ਪ੍ਰੋਡਕਸ਼ਨ ਪੂਰੀ ਨਹੀਂ ਹੋ ਰਹੀ ਹੁੰਦੀ ਉਹਨਾਂ ਦੀਆਂ ਓਵਰੀਜ਼ ਜਿਹੜੀਆਂ ਉਹ ਪੂਰਾ ਕੰਮ ਹੀ ਨਹੀਂ ਕਰ ਰਹੀਆਂ ਹੁੰਦੀਆਂ ਫੀਮੇਲ ਔਰ ਮੇਲ ਜੈਂਡਰ ਦੇ ਵਿੱਚ ਤੁਸੀਂ ਕਰੈਕਟਰਿਸਟਿਕਸ ਦੇ ਵਿੱਚ ਦੇਖੋ ਉਹਨਾਂ ਦੇ ਸਕਿਨ ਤੋਂ ਬਾਲਾਂ ਤੋਂ ਇਹਨਾਂ ਚੀਜ਼ਾਂ ਤੋਂ ਸਾਨੂੰ ਆਈਡੀਆ ਹੋ ਜਾਂਦਾ ਇਹਦੇ ਵਿੱਚ ਹਾਰਮੋਨਸ ਦਾ ਲੈਵਲ ਕੀ ਜਾ ਰਿਹਾ ਅਤੇ ਜਿਹੜੀ ਬੱਕਰੀ ਹੈ ਮੈਂ ਤਾਂ ਇਨਸਾਨੀ ਤੌਰ 'ਤੇ ਤੁਹਾਨੂੰ ਦੱਸ ਸਕਦਾ ਜੀ ਬੱਕਰੀ ਜਿਹੜੀ ਹੈ ਉਹ ਵੀ ਜਿਸ ਵਕਤ ਉਹਦੀਆਂ ਓਵਰੀਜ਼ ਕੰਮ ਕਰਦੀਆਂ ਜਿਸ ਵੇਲੇ ਯਾਨੀ 2 ਦੰਦ 4 ਦੰਦ 'ਤੇ ਹੋਈ ਹੈ ਜਿਸ ਵੇਲੇ ਉਹਦਾ ਸਾਈਕਲ ਔਨ ਹੋਇਆ ਜਦੋਂ ਉਹਨੇ ਪੂੰਛ ਹਿਲਾਉਣੀ ਸ਼ੁਰੂ ਕੀਤੀ ਇਹਦਾ ਮਤਲਬ ਹੈ ਕਿ ਉਹਦੇ ਵਿੱਚ ਅੰਡੇਦਾਨੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ ਔਰ ਉਹਦੇ ਹਾਰਮੋਨਸ ਆਉਣਗੇ ਤੁਸੀਂ ਉਹਨਾਂ ਨੂੰ ਇਹੀ ਟੀਕੇ ਲਗਵਾਉਂਦੇ ਹੋ ਜ਼ਾਹਿਰ ਹੈ ਜਿਹੜੀ ਬੱਕਰੀ ਠਹਿਰਦੀ ਨਹੀਂ ਹੈ ਉਹਨੂੰ ਕਿਹੜੇ ਟੀਕੇ ਲਵਾਉਂਦੇ ਹੋ ਇਹੀ ਲਵਾਉਂਦੇ ਹੋ ਨਾ ਜਿਹੜਾ ਉਹ ਓਵਰੀਜ਼ ਕੰਮ ਨਹੀਂ ਸਨ ਕਰ ਰਹੀ ਇਹਨਾਂ ਹਾਰਮੋਨਸ ਦਾ ਕੰਮ ਹੀ ਸਕਿਨ ਨੂੰ ਥਿਨ ਕਰਨਾ ਹੈ ਵਾਲਾਂ ਨੂੰ ਸੌਫਟ ਕਰਨਾ ਤੁਹਾਡੀ ਗੱਲ ਮੈਂ ਬ੍ਰੇਕ ਕਰਦਾ ਮਾਤਾ ਚਾਹੁੰਦਾ ਕਿਸੇ ਵੀ ਚੀਜ਼ ਦਾ ਅਗਰ ਅੰਦਾਜ਼ਾ ਲਗਾਇਆ ਜਾਂਦਾ ਨਾ ਸਾਡੇ ਹਿਕਮਤ ਦੇ ਲਿਹਾਜ਼ ਨਾਲ ਪਹਿਲੇ ਉਹਦੀ ਖੁਰਾਕ ਔਰ ਗਰੋਥ ਨੂੰ ਦੇਖਿਆ ਜਾਂਦਾ ਵਾ ਕਿਹੜੀ ਉਹ ਖੁਰਾਕ ਖਾ ਰਿਹਾ ਅਤੇ ਕਿਸ ਤਰ੍ਹਾਂ ਉਹ ਗਰੋਥ ਕਰ ਰਿਹਾ ਵਾ ਫਿਰ ਦੂਸਰੀ ਚੀਜ਼ ਨੂੰ ਉਹਦੇ ਬਰਾਬਰ ਲਿਆ ਕੇ ਮੁਆਵਜ਼ਨਾ ਕੀਤਾ ਜਾਂਦਾ ਵਾ ਕਿਆ ਇਹਦੀ ਚੀਜ਼ ਇਹੀ ਖੁਰਾਕ ਖਾ ਰਹੀ ਆ ਔਰ ਇਸੇ ਤਰ੍ਹਾਂ ਹੀ ਗਰੋਥ ਕਰ ਰਹੀ ਆ ਠੀਕ ਹੋ ਗਿਆ ਲੇਕਿਨ ਜਿਹੜਾ ਹੈਗਾ ਪ੍ਰੈਗਨੈਂਸੀ ਦਾ ਅਮਲ ਉਹਦੇ ਵਿੱਚ ਆਲ ਟੂ ਜ਼ੈਡ ਹਾਰਮੋਨਿੰਗ ਦੁਨੀਆ ਦੀ ਇਬਤਦਾ ਜਿਹੜੀ ਐੱਗ ਤੋਂ ਆ ਠੀਕ ਹੋ ਗਿਆ ਜ਼ਮੀਨ ਦੀ ਜਿਹੜੀ ਸ਼ਕਲ ਆ ਉਹ ਐੱਗ ਆ ਇਹਦੇ ਵਜ੍ਹਾ ਕੀ ਆ ਠੀਕ ਆ ਸਾਨੂੰ ਦੇਖਣੇ ਦੀ ਚੀਜ਼ ਗੋਲ ਕਾਹ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ ਕਿ ਸਾਡੇ ਹੱਥ ਦਾ ਸਾਈਜ਼ ਗੋਲ ਆ ਹਿਕਮਤ ਜਿਹੜੀ ਹੈ ਨਾ ਇੱਕ ਆਬਜ਼ਰਵੇਸ਼ਨਲ ਸਟੱਡੀ ਹੈ ਕਿ ਹਿਕਮਤ ਦੇ ਵਿੱਚ ਇਹ ਸਾਇੰਸ ਤੇ ਹੁਣ ਆਈ ਹੈ ਨਾ ਜੀ ਹਿਕਮਤ ਕਦੀਮ ਆ ਰਹੀ ਹੈ ਇਹ ਯਾਰ ਇਹ ਛੋਟੀ ਚੰਦਨ ਇੱਕ ਬੂਟੀ ਹੁੰਦੀ ਹੈ ਛੋਟੀ ਚੰਦਨ ਇਹ ਖਾਣ ਨਾਲ ਬਲੱਡ ਪ੍ਰੈਸ਼ਰ ਲੋਅ ਹੁੰਦਾ ਹੈ ਜਿਹਦਾ ਹਾਈ ਬਲੱਡ ਪ੍ਰੈਸ਼ਰ ਹੈ ਤੁਸੀਂ ਕਦੀ ਅਜ਼ਮਾ ਲੈਣਾ ਛੋਟੀ ਚੰਦਨ ਇੱਕ ਬੂਟੀ ਆਉਂਦੀ ਉਹ ਦਾਲਚੀਨੀ ਵਾਂਗ ਉਹਨੂੰ ਕੁੱਟ ਕੇ ਥੋੜ੍ਹੀ ਜਿਹੀ ਜ਼ੁਬਾਨ ਦੇ ਨੀਚੇ ਰੱਖ ਲਓ ਹਾਈ ਬਲੱਡ ਪ੍ਰੈਸ਼ਰ ਨੀਚੇ ਚਲਾ ਜਾਏਗਾ ਹੁਣ ਉਹਨਾਂ ਨੂੰ ਨਹੀਂ ਪਤਾ ਹਕੀਮਾਂ ਨੂੰ ਕਿ ਇਹਦੇ ਵਿੱਚ ਕੀ ਹੈ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਖਾਣ ਨਾਲ ਇਹ ਕੰਮ ਹੋਣਾ ਇਹ ਹੈ ਇੱਕ ਆਬਜ਼ਰਵੇਸ਼ਨਲ ਸਟੱਡੀ ਜਿਹੜੀ ਸਾਇੰਸ ਹੈ ਉਹਦੇ ਵਿੱਚ ਹੈ ਐਕਸਪੈਰੀਮੈਂਟਲ ਸਟੱਡੀ ਕਿ ਇਹ ਹਾਰਮੋਨ ਹੈ ਇੱਥੇ ਜਾ ਕੇ ਕੰਮ ਕਰਦਾ ਇਹਦੇ ਨਾਲ ਇਹ ਕੰਮ ਅੱਗੇ ਬਣਨਾ ਅਤੇ ਤੁਹਾਡੀ ਆਬਜ਼ਰਵੇਸ਼ਨਲ ਸਟੱਡੀ ਹੈ ਮੇਰੀ ਥੋੜ੍ਹੀ ਜਿੰਨੀ ਐਕਸਪੈਰੀਮੈਂਟਲ ਆ ਜਾਂਦੀ ਹੈ ਮੈਂ ਤੁਹਾਨੂੰ ਚੈਲੇਂਜ ਨਹੀਂ ਕਰ ਸਕਦਾ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਤਾਂ ਉਨੀ ਕੁ ਗੱਲ ਕੀਤੀ ਹੈ ਹੋ ਸਕਦਾ ਹੈ ਕਿ ਤੁਹਾਡਾ ਉਹ ਜਿਹੜਾ ਤੁਹਾਡਾ ਆਬਜ਼ਰਵੇਸ਼ਨ ਹੈ ਹੌਲੀ ਹੌਲੀ ਅਸੀਂ ਵੀ ਦੇਖੀਏ ਦੇਖ ਦੇਖ ਕੇ ਸਾਨੂੰ ਸਮਝ ਆਵੇ ਅਖੀਰ ਕਿ ਯਾਰ ਗੱਲ ਫਰਾਨ ਦੀ ਠੀਕ ਹੀ ਸੀ ਹੋ ਸਕਦਾ ਲੇਕਿਨ ਹਾਲੇ ਤੱਕ ਤਾਂ ਜੋ ਅਸੀਂ ਦੇਖਿਆ ਉਹਦੇ ਮੁਤਾਬਕ ਹੀ ਅਸੀਂ ਦੱਸ ਰਹੇ ਹਾਂ ਨਾ ਠੀਕ ਹੋ ਗਿਆ ਬਿਹਤਰ ਸਰ ਦੂਸਰਾ ਜਿਹੜਾ ਤੁਸੀਂ ਬਾਲਾਂ ਦੀ ਗੱਲ ਕਰ ਰਹੇ ਬੱਚੇ ਦੀ ਪੈਦਾਇਸ਼ ਦੇ ਉੱਪਰ ਨਾ ਉਹਦੇ ਉੱਤੇ ਜਿਹੜਾ ਪਾਣੀ ਆ ਰਿਹਾ ਵਾ ਉਸ ਪਾਣੀ ਤੋਂ ਅਸੀਂ ਅੰਦਾਜ਼ਾ ਲਗਾ ਦੇਣਾ ਕਿ ਇਹਦੀ ਹਾਈਟ ਕਿੰਨੀ ਹੋਣੀ ਹੈ ਇਹਦੀ ਲੈਂਥ ਕਿੰਨੀ ਹੋਣੀ ਹੈ ਬੱਚੇ ਦੇ ਪਾਣੀ ਜਦੋਂ ਜਿਸ ਟਾਈਮ ਬੱਚਾ ਪੈਦਾ ਹੁੰਦਾ ਨਾ ਉਹਦੇ ਉੱਤੇ ਚਿਕਨਾਹਟ ਆਉਂਦੀ ਹੈ ਨਾ ਉਸ ਚਿਕਨਾਹਟ ਤੋਂ ਹੀ ਅਗਰ ਤੁਹਾਡੀ ਹੱਕ ਕੰਮ ਕਰਦੀ ਹੈ ਨਾ ਤੁਸੀਂ ਅੰਦਾਜ਼ਾ ਲਗਾ ਸਕਦੇ ਕਿ ਕੀ ਕਰੇਗਾ ਮੁਸਤਕਬਿਲ ਦੇ ਵਿੱਚ ਚਲੋ
ਬਹਰਾਲ ਇਹ ਚੀਜ਼ਾਂ ਐਸੀਆਂ ਠੀਕ ਹੋ ਗਿਆ ਉੱਪਰ ਹਾਂ ਮੈਂ ਕਮੈਂਟ ਨਹੀਂ ਕਰਦਾ ਅਤੇ ਬਹਰਾਲ ਇੱਕ ਚੀਜ਼ ਜਿਹੜੀ ਹੈ ਜੀ ਮੈਂ ਥੋੜ੍ਹੀ ਜਿਹੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਜਨਰਲੀ ਸਭ ਲੋਕ